ਅਸੀਂ ਜਾਈ ਜਾਂਦੇ ਹਾਂ। ਤਾਂ ਵੈਸੇ ਮੰਮੀ ਤਾਂ ਕਹਿੰਦੇ ਗੁਰੂ 30,000 ਰੁਪਇਆ ਚਾਹੀਦਾ, 5,000 ਦਾ ਹੋਇਆ। ਮੰਮੀ ਮੰਮੀ ਕੀ ਗੱਲ? ਨਹੀਂ, ਗੌਰਵ ਨੂੰ ਕਿੰਨੇ ਪੈਸੇ ਕਿਹਾ ਸੀ ਕਢਾਉਣ ਨੂੰ? 30,000? ਮੈਸੇਜ ਤੇ 40,000 ਦਾ ਆਇਆ। ਧਿਆਨ ਨਾ ਵੇਖ, ਧਿਆਨ ਨਹੀਂ ਆ, ਤੁਹਾਨੂੰ ਵਿਖਾ ਦਿੰਦੀ ਹਾਂ, ਆਹ ਵੇਖੋ। ਪਰ ਦਵਿੰਦਰ ਨੇ ਤਾਂ 30,000 ਰੁਪਇਆ ਮੰਗਿਆ ਸੀ ਮੇਰੇ ਕੋਲ, ਹੋ ਸਕਦਾ 40 ਦੀ ਲੋੜ ਹੋਵੇ। ਮੰਮੀ ਹਰ ਵਾਰੀ ਇੰਨੇ ਭੋਲੇ ਜੇ ਨਾ ਤੁਸੀਂ, ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜੇ ਉਹਨੇ 30 ਮੰਗਿਆ ਤਾਂ ਮੈਂ ਕਢਵਾ ਕੇ ਦੇਊਂਗੀ, ਪਰ ਨਾ ਦੀ ਦੀ ਏਟੀਮ ਉਹਨੂੰ। ਚੱਲ ਕੋਈ ਗੱਲ ਨਹੀਂ, ਤੂੰ ਨਾ ਇੱਦਾਂ ਦੀ ਗੱਲ ਕਰ, ਆਉਣਾ ਹੀ ਆ, ਆਪੇ ਦੱਸ ਦੂਗਾ। ਦੱਸਣ ਨੂੰ ਉਹਨੇ ਤਾਂ ਕਹਿਣਾ ਹੀ ਆ ਵੀ ਠੀਕ ਆ, ਲੋੜ ਹੀ ਕਢਾ ਲਏ ਆ ਤੇ ਫਿਰ ਹੋਰ ਦੇ ਦਿਓ ਏਟੀਐਮ। ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ ਆ, ਪਤਾ ਨਹੀਂ ਤੈਨੂੰ ਕਿਉਂ ਹਰ ਵਾਰੀ ਸ਼ੱਕ ਰਹਿੰਦਾ ਉਹਦੇ ਤੇ। ਮੰਮੀ ਉਹਨੂੰ 30,000 ਦੀ ਲੋੜ ਸੀ ਤੇ ਉਹਨੇ 30 ਹੀ ਕਢਾਉਣਾ ਚਾਹੀਦਾ ਸੀ ਨਾ, ਕਿਸੇ ਦੇ ਏਟੀਐਮ ਚੋਂ ਵੱਧ ਕਿਤੇ ਕਢਾ ਲਏ ਬੰਦਾ ਭਲਾ। ਕੁਛ ਨਹੀਂ ਹੈ ਦਵਿੰਦਰ ਨੂੰ, ਪਤਾ ਹੀ ਹੋਊ ਕਿੰਨੇ ਕਢਾਉਣੇ। ਚਾਚੀ ਨੇ ਵੀ ਉਹਦੀ ਸਾਈਡ ਲੈਣੀ ਆ। ਦਵਿੰਦਰ। ਹਾਂਜੀ ਦੀ। ਕਿੰਨੇ ਪੈਸੇ ਚਾਹੀਦੇ ਸੀ ਗੌਰਵ ਨੂੰ? ਮੈਂ ਦੱਸਿਆ ਤਾਂ ਹੈਗਾ ਮੈਂ ਤੁਹਾਨੂੰ, 30,000 ਰੁਪਏ ਚਾਹੀਦਾ ਸੀ। ਪਰ ਮੈਸੇਜ 'ਤੇ 40,000 ਦਾ ਆਇਆ, ਉਹਨੇ 40 ਕਢਾਇਆ ਵਾ, ਮੈਂ ਤੈਨੂੰ ਦੱਸ ਕੇ ਗਿਆ ਹੋਊ ਕਿੰਨੇ ਚਾਹੀਦੇ ਆ। ਨਹੀਂ ਨਹੀਂ, ਮੈਨੂੰ ਤਾਂ ਉਹਨੇ 30 ਆਖਿਆ ਸੀ, ਜਾਂ ਫਿਰ ਜ਼ਰੂਰਤ ਹੋਣੀ ਆ, ਵੱਧ ਮੰਗਦੇ ਹੋਣਗੇ ਅਗਲੇ। ਦਵਿੰਦਰ ਇੱਦਾਂ ਨਾ ਖੁੱਲ੍ਹ ਦਿਆ ਕਰ ਕਿ ਜ਼ਰੂਰਤ ਹੋਣੀ, ਤੈਨੂੰ ਕੀ ਪਤਾ ਵਾ ਉਹਨੇ ਉੱਥੇ 30 ਦੇਣਾ, 20 ਦੇਣਾ, 15 ਦੇਣਾ। ਜੇ ਤੂੰ ਚਾਹੀਦੇ ਸੀ ਨਾ ਪੈਸੇ ਤੇ ਹੁਣੇ ਹੁੰਦੇ ਹੁਣੇ ਇੰਨਾ ਕਢਾ ਕੇ ਉਹਨੂੰ ਕਹੀਂ ਵੀ ਮੇਰੇ ਹੱਥ 'ਤੇ ਰੱਖ ਅਤੇ ਮੈਨੂੰ ਨਾਲ ਖੜ ਜਿਹਨੂੰ ਦੇਣੇ ਆ, ਆਪ ਦਈ ਇਹਨੂੰ ਪੈਸੇ ਨਾ ਦਈ, ਇਹਨੇ ਵਿਗੜ ਜਾਣਾ ਹੀ ਹੋ। ਚੱਲ ਕੋਈ ਨਹੀਂ, ਆ ਹੀ ਜਾਣਾ ਵਾ, ਪੁੱਛ ਲੈਂਦੇ ਹਾਂ। ਹਾਂ ਵੀ ਇੰਨੇ ਪੈਸੇ ਕਿਉਂ ਕਢਾਏ, ਤੈਨੂੰ 30 ਆਖਿਆ ਤੂੰ 40 ਕਿਉਂ ਕਢਾ ਲਿਆ? ਪੁੱਛ ਵੀ ਨਹੀਂ ਤੇ ਮੇਰੇ ਕਹਿਣ ਦਾ ਮਤਲਬ ਆ ਵੀ ਆਪ ਜਾਈ ਨਾਲ ਦੇਣ। ਚਲੋ ਠੀਕ ਆ। ਹਾਂ ਜੋ ਮਰਜ਼ੀ ਕਹਿੰਦੇ ਰਹੇ, ਕਹੀਂ ਵੀ ਮੈਂ ਨਾਲ ਜਾਣਾ, ਜਿੰਨੇ ਪੈਸੇ ਦੇਣੇ ਮੈਨੂੰ ਦੱਸ ਅਤੇ ਬਾਕੀ ਇੱਧਰ ਫੜਾ। ਠੀਕ ਆ ਠੀਕ ਆ, ਕੋਈ ਗੱਲ ਪੈਸਿਆਂ ਦੀ ਨਹੀਂ ਆ, ਪੈਸੇ ਗੌਰਵ ਤੋਂ ਵਾਰ ਵਾਰ ਸੁੱਟ ਦਈਏ, ਪਰ ਜਿਹੜੇ ਰਸਤੇ ਤੇ ਉਹ ਜਾਣ ਡਿਆ ਪੈਸੇ ਜ਼ਹਿਰ ਵਾ ਉਹਦੇ ਵਾਸਤੇ। ਮੇਰੀ ਗੱਲ ਸੁਣ ਲਓ, ਕਿਤੇ ਸੁੱਖ ਨਾ ਹੋਰ ਨਾ ਕਿਤੇ ਆਪਣੇ ਚਾਚੇ ਨੂੰ ਦੱਸ ਦੇ, ਤੇ ਗੱਲ ਦਾ ਪੜਦਾ ਹੀ ਚੰਗਾ, ਜਿੱਦਾਂ ਮੈਂ ਲਏ ਤੈਨੂੰ ਤੈਨੂੰ ਦੇ ਦੂੰਗੀ। ਓਹੋ ਨਹੀਂ ਦੱਸਦੀ, ਸੁੱਖਸ਼ ਦੇਣ ਵਾ ਕਿਉਂ ਦੱਸੂਗੀ, ਨਹੀਂ ਦੱਸਦੀ, ਆਉਂਦਾ ਵਾ ਤੇ ਪੁੱਛੀ ਉਹਨੂੰ। ਕੋਈ ਨਹੀਂ ਪੁੱਛਦੀ, ਗਰਕ ਜਾਣੇ ਨੇ ਨਾ ਸਾਰੇ ਪਾਸਿਆਂ ਤੋਂ ਬਦਨਾਮੀ ਖੱਟਣ ਦਾ ਠੇਕਾ ਲੈ ਲਿਆ ਲੱਗਦਾ। ਅੰਤਰਿਆ ਜੇ ਤੈਨੂੰ ਗਰਕ ਜਾਣਿਆ ਉਹਨਾਂ ਦੇ ਹੀ ਦਿੱਤਾ ਏਟੀਐਮ, ਤੈਨੂੰ ਉਹਨਾਂ 30 ਆਖਿਆ ਤੇ ਤੂੰ 10 ਕਿਉਂ ਵੱਧ ਕਢਾਇਆ? ਆ ਲੈਣ ਦੇ ਅੱਜ, ਸਿਆਣੇ ਸੱਚ ਹੀ ਆਉਂਦੇ ਆ, ਚੋਰੀ ਦਾ ਕੱਪੜਾ ਤੇ ਡਾਂਗਾਂ ਦੇ ਗਜ, ਇਹਨੇ ਤੇ ਉਹ ਲੱਛਣ ਫੜ ਲਏ ਆ ਵੀ ਜੇ ਇਹਦੇ ਹੱਥ 'ਚ ਏਟੀਐਮ ਆ ਹੀ ਗਿਆ ਵਾ, ਚੱਲ ਜੀ ਚੱਲਣ ਦੇ ਚੂਲ ਗਲੂਬੇ, ਆ ਲੈਣ ਦੇ ਅੱਜ ਇਹਦੀਆਂ ਵੇਖੀ ਲੱਤਾਂ ਕਿੱਦਾਂ ਭੰਨਦੀ ਆ। ਇਹਦਾ ਇਰਾਦਾ ਵਾ ਉਹਨਾਂ ਨੂੰ ਲੱਗਣਾ, ਉਹਦੇ ਮਿੰਟਾਂ 'ਚ ਉਹਦੀ ਮੈਸੇਜ ਆ ਜਾਂਦੇ ਆ। ਸੁੱਖ ਜੀ, ਚਾਚਾ ਜੀ ਉਹਨੂੰ ਗੋਰੇ ਨੂੰ ਕੱਢ ਬਾਹਰ, ਪੱਠੇ ਕੁੱਤਰਨੇ ਆ। ਗੌਰਵ ਤੇ ਪਤਾ ਲੱਗਦਾ, ਗੌਰਵ ਤੇ ਘਰ ਨਹੀਂ ਹੈਗਾ, ਸ਼ਹਿਰ ਗਿਆ। ਸ਼ਹਿਰ ਗਿਆ? ਆਹੋ ਪੈਸੇ ਕਢਾਉਣ ਗਿਆ। ਪੈਸੇ ਕਢਾਉਣ? ਹਾਂਜੀ। ਇਹ ਮੁੰਡੇ ਦਾ ਹਾਲ ਕੁਛ ਨਹੀਂ। ਦਵਿੰਦਰ। ਹਾਂਜੀ। ਨਹੀਂ ਪੈਸੇ ਤੇ ਮੇਰੇ ਕੋਲ ਘਰ ਪਏ ਆ, ਤੇ ਮੁੰਡਾ ਸ਼ਹਿਰ ਕੀ ਕਰਨ ਗਿਆ ਪੈਸੇ ਕਢਾਉਣ? ਏਟੀਐਮ ਮੇਰੇ ਕੋਲ ਪਿਆ ਪਰਸ 'ਚ, ਉਹ ਕਿੱਥੇ ਕਿੱਥੋਂ ਪੈਸੇ ਕਢਾ ਕੇ ਦੇਊਗਾ? ਮਾਤਾ ਕੋਲ ਪੈਸੇ ਪਏ ਆ, ਜੇ ਲੋੜ ਸੀ ਤੇ ਮੈਨੂੰ ਦੱਸ ਦਿੰਦੇ ਤੁਸੀਂ। ਉਹ ਨਹੀਂ ਨਹੀਂ, ਸਾਨੂੰ ਥੋੜ੍ਹੀ ਪੈਸੇ ਚਾਹੀਦੇ ਸੀ,
ਉਹਦੇ ਦੀਦੀ ਨੂੰ ਚਾਹੀਦੇ ਸੀ ਤੇ ਉਹਨਾਂ ਆਪਣਾ ਏਟੀਐਮ ਦਿੱਤਾ ਸੀ ਵੀ ਜਾ ਕਢਾ ਕੇ ਲਿਆ ਦੇ ਤੇ ਭਰਾਵਾ ਮੇਰਾ ਮੇਰੇ ਕੋ ਤੂੰ ਮੈਨੂੰ ਕਹਿ ਦਿੰਦੀ ਉਹ ਫਿਰ ਉਹਨਾਂ ਆਖਿਆ ਨਹੀਂ ਹੋਣਾ ਕਿਉਂ ਨਹੀਂ ਆਖਿਆ ਤੂੰ ਕਹਿ ਦਿੰਦੀ ਪੈਸੇ ਪੈਸੇ ਘਰ ਤੈਨੂੰ ਸਾਰਾ ਪਤਾ ਪੈਸੇ ਪਏ ਅਲਮਾਰੀ ਤੇ ਕੀ ਲੋੜੀ ਨਹੀਂ ਸੁੱਖ ਇੱਧਰ ਆ ਜੇ ਤੈਨੂੰ ਪੈਸੇ ਚਾਹੀਦੇ ਸੀ ਤੇ ਮੈਂ ਤੇਰਾ ਕੁਛ ਨਹੀਂ ਲੱਗਦਾ ਮੈਨੂੰ ਕਹਿ ਦਿੰਦੀ ਪੈਸੇ ਘਰ ਪਏ ਆ ਉਹਦੇ ਲੱਛਣਾਂ ਦਾ ਤੈਨੂੰ ਪਤਾ ਤੂੰ ਕੋਈ ਏਟੀਐਮ ਫੜਾਇਆ ਉਹਨੂੰ ਚਾਚਾ ਜੀ ਸਾਨੂੰ ਥੋੜਾ ਪੈਸੇ ਚਾਹੀਦੇ ਪੈਸੇ ਤੇ ਗੌਰਵ ਨੂੰ ਚਾਹੀਦੇ ਗੌਰਵ ਨੂੰ ਚਾਹੀਦੇ ਆਹੋ ਚਾਚਾ ਜੀ ਉਹਨੇ ਇੰਨੇ ਪੈਸੇ ਕੀ ਕਰਨੇ ਉਹ ਕਹਿੰਦਾ ਸੀ ਕਿਸੇ ਦੇ ਦੇਣੇ ਆ ਤੇ ਫਿਰ ਮੰਮੀ ਕਹਿੰਦੀ ਦੇ ਦੇ ਏਟੀਐਮ ਇਹਨੂੰ ਤੇ ਮੈਂ ਦੇ ਦਿੱਤਾ ਦਵਿੰਦਰ ਇਹ ਕੀ ਕਰਨੀ ਘਰ ਦੇ ਵਿੱਚ ਤੂੰ ਦਵਿੰਦਰ ਤੇਰੀਆਂ ਇੰਨਾ ਕਰਤੂਤਾਂ ਨੇ ਮੁੰਡੇ ਨੂੰ ਇੱਥੋਂ ਤੱਕ ਪਹੁੰਚਾਇਆ ਜੇ ਪੈਸੇ ਚਾਹੀਦੇ ਸੀ ਤੇ ਮੇਰੇ ਕੋਲ ਮੰਗਦੀ ਉਹਨਾਂ ਦਾ ਏਟੀਐਮ ਮੰਗਣ ਦੀ ਕੀ ਲੋੜ ਸੀ ਕੁੜੀਆਂ ਦੀ ਪੈਸੇ ਤੁਹਾਨੂੰ ਚਾਹੀਦੇ ਕਿੱਥੇ ਖੜਨੇ ਉਹਨੇ ਪੈਸੇ ਮੁੰਡੇ ਨੇ ਇੰਨੇ ਸਮਝ ਨਹੀਂ ਆਉਂਦੀ ਤੂੰ ਆਪਣੇ ਮੁੰਡੇ ਦੀ ਕਿਉਂ ਦੁਸ਼ਮਣ ਬਣ ਰਹੀ ਆ ਜੇ ਉਹਨੂੰ ਕੁਛ ਹੋ ਗਿਆ ਨਾ ਤੈਨੂੰ ਨਹੀਂ ਮੈਂ ਛੱਡਦਾ ਮੈਨੂੰ ਸਾਰੀ ਗੱਲ ਸੱਚ ਦੱਸ ਮੇਰਾ ਦਿਮਾਗ ਫਟਣ ਨੂੰ ਆਉਂਦਿਆ ਹੀ ਉਹ ਜੋਬਨ ਉਹ ਨਾ ਜਿਹੜੇ ਮੁੰਡਿਆਂ ਕੋਲ ਇੱਕ ਵਾਰੀ ਇਹਨੇ ਕਿਤੇ ਪੈਗ ਪੁੱਗ ਲਾਇਆ ਹੋਣਾ ਨਾ ਉਹ ਸਮਾਨ ਖਾਂਦੇ ਰਹੇ ਤੇ ਨਾ ਇਹਦਾ ਲਿਖਾਉਂਦੇ ਰਹੇ ਆ ਨਸ਼ਾ ਪਤਾ ਕਰਦੇ ਸੀ ਤੇ ਉਹ ਕਹਿੰਦੇ ਸੀ ਵੀ ਜੇ ਤੁਹਾਨੂੰ ਪੈਸੇ ਨਾ ਨਾ ਦਿੱਤੇ ਅਸੀਂ ਤੇਰੇ ਘਰ ਆ ਜਾਣਾ ਵਾ ਉੱਧਰੋਂ ਤੁਸੀਂ ਆਉਣ ਵਾਲੇ ਸੀ ਜੇ ਕਿਤੇ ਮੁੰਡਾ ਘਰ ਆ ਜਾਂਦਾ ਪੈਸੇ ਲੈਣ ਕੀ ਤਾਂ ਕਿੰਨੇ ਕੁ ਲੈ ਕੇ ਆਉਣੇ ਸੀ ਉਹਨੇ ਮੁੰਡੇ ਨਾਲ ਦੇ ਘਰ ਆ ਜਾਂਦੇ ਤੇ ਬਦਨਾਮੀ ਹੋ ਜਾਣੀ ਸੀ ਤੇ ਨਾਲੇ ਕੁੜੀ ਦਾ ਵਿਆਹ ਰੱਖਿਆ ਵਾ ਜੇ ਕਿਤੇ ਕੋਈ ਰਿਸ਼ਤੇਦਾਰ ਇੱਥੇ ਆਇਆ ਹੁੰਦਾ ਤੇ ਮੁੰਡਾ ਸਾਡਾ ਨਾ ਕਾਹੇ ਜੋਗਾ ਨਹੀਂ ਰਹਿਣਾ ਲੋਕਾਂ ਕਹਿਣਾ ਕੀ ਤਾਂ ਨਸ਼ਾ ਪਤਾ ਇਹ ਨਹੀਂ ਕਰਦਾ ਅਤੇ ਮੈਂ ਤਾਂ ਕਰਕੇ ਨਾ ਮੇਰੇ ਕੋਲ ਪੈਸੇ ਹੈ ਨਹੀਂ ਸੀ ਅਤੇ ਮੈਂ ਦੀਦੀ ਕੋਲ ਪੈਸੇ ਲੱਲੇ ਵੀ ਚੱਲ ਕੋਈ ਨਹੀਂ ਤੈਨੂੰ ਮੈਂ ਦੇ ਦੂੰਗੀ ਤੈਨੂੰ ਦੱਸਿਆ ਉਹਨਾਂ ਵੀ ਮੁੰਡੇ ਦੇ ਕਿੰਨੇ ਪੈਸੇ ਦੇਣੇ ਸੀ 30,000 30,000 ਉਹਨੇ ਕਹਿ ਤਾ 30,000 ਲੈਣਾ ਅਤੇ ਤੂੰ ਮੰਨ ਲਿਆ ਉਹਨੇ ਕੀਤਾ 10 ਦੇਣਾ 15 ਨਾ ਬਾਕੀ ਖਾਊਗਾ ਪਿੰਦਰ ਮੁੰਡਾ ਵਾ ਮੇਰਾ ਮੈਂ ਦੁਸ਼ਮਣ ਨਹੀਂ ਆਉਂਦਾ ਜਿਹੜੀਆਂ ਜੋ ਗਲਤੀਆਂ ਨੂੰ ਡਾਂਟਦਾ ਅਤੇ ਜਦੋਂ ਬੱਚੇ ਛੋਟੇ ਹੁੰਦੇ ਨਾ ਉਦੋਂ ਮਾਂ ਪੜਦੇ ਪਾ ਲੈਂਦੀ ਆ ਵੀ ਕੋਈ ਗੱਲ ਨਹੀਂ ਹੁਣ ਉਹ ਦਾੜੀ ਵਾਲਾ ਹੋਇਆ ਵਾ ਅਤੇ ਹੁਣ ਜੇ ਤੂੰ ਪੜਦੇ ਪਾਉਣ ਲੱਗੀ ਅਤੇ ਵਿਗੜ ਗਿਆ ਫਿਰ ਤੂੰ ਪਛਤਾਉਣਾ ਹੀ ਹੋ ਜਦੋਂ ਧੀ ਪੁੱਤ ਸਿਆਣਾ ਹੋ ਜੇ ਨਾ ਉਹ ਗਲਤੀ ਨਹੀਂ ਹੁੰਦੀ ਉਹ ਗੁਨਾਹ ਹੁੰਦਾ ਵਾ ਠੀਕ ਆ ਅਤੇ ਤੂੰ ਉਹ ਪੈਸੇ ਦੇ ਕੇ ਸਾਥ ਦੇਣ ਡੀ ਆ ਉਹਨਾਂ ਕੋਲ ਪੈਸੇ ਮੰਗੇ ਮੈਨੂੰ ਦੱਸ ਦਿੰਦੀ ਜੇ ਕਿਸੇ ਦੇਣੇ ਪੜਦੇ ਨਾ ਅਗਲੀਆਂ ਨੇ 100-100 ਗੱਲਾਂ ਕਰਨੀਆਂ ਕੱਲ ਨੂੰ ਹਾਏ ਰੱਬਾ ਜਿਹੜੀ ਗੱਲੋਂ ਡਰਦੀ ਹੈ ਨਾ ਉਹੀ ਕੰਮ ਹੋ ਗਿਆ ਆ ਸੁੱਖ ਨੇ ਨਾ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲੈਣਾ ਮੇਰੇ ਪੁੱਤ ਕੋਲ ਹੱਥ ਧੋ ਕੇ ਮਗਰ ਹੀ ਪੈ ਗਈ ਆ ਉਸੇ ਵੇਲੇ ਉਹਨੂੰ ਦੱਸਤਾ ਪੈਸੇ ਸਾਨੂੰ ਨਹੀਂ ਇਹਨਾਂ ਨੂੰ ਚਾਹੀਦੇ ਆ ਕਸੂਰ ਸਾਰਾ ਚਾਚੀ ਦਾ ਵਾ ਜਿਹੜੇ ਇਹਦੇ ਗੁਨਾਹਾਂ 'ਤੇ ਪਰਦੇ ਪਾਉਂਦੀ ਆ ਅਤੇ ਕਹਿਣਾ ਇਹਨੇ ਮੈਨੂੰ ਹੁੰਦਾ ਵਾ ਵੀ ਇਹ ਦੱਸਦੀ ਆ ਮੈਨੂੰ ਪਹਿਲਾਂ ਦੱਸ ਦੇਣਾ ਸੀ ਵੀ ਨਹੀਂ ਦੱਸਣਾ ਦਵਿੰਦਰ ਜੋ ਬਣ ਗਿਆ ਇੰਨਾ ਰੌਲਾ ਪਾਉਣ ਡਿਆ ਸੀ ਉਹ ਮੱਝਾਂ ਵੱਲ ਵੀ ਆਵਾਜ਼ ਜਾਣ ਡਈ ਰੌਲਾ ਰੌਲਾ ਉਹਨੇ ਕੀ ਪਾਉਣਾ ਵਾ ਜਦੋਂ ਘਰ ਹੀ ਇੰਨੇ ਦੁਸ਼ਮਣ ਹੋਣ ਤੇ ਬਾਹਰੋਂ ਲਿਆਉਣ ਦੀ ਕੀ ਲੋੜ ਆ ਧੜਕੋ ਤੇ ਗੱਲ ਹੋ ਗਈ ਗੱਲ ਕੀ ਹੋਣੀ ਆ ਧੜਕੋ ਤੇ ਚੀਜ਼ ਵੀ ਮੰਗੀ ਨਾ ਸੱਤੀਆਂ ਦਾ ਘਾਟਾ ਵਾ ਜੇ ਮੈਂ ਤੁਹਾਡੇ ਕੋਲ ਪੈਸੇ ਮੰਗ ਹੀ ਲਏ ਸੀ ਤੇ ਆ ਕੁੜੀ ਤੇਰੀ ਨੇ ਉਹਦੇ ਕੰਨ 'ਚ ਦੁੰਦਣਾ ਵਜਾ ਤਾ ਵੀ ਇਹ ਪੈਸੇ ਚਾਚੀ ਹੋਣਾਂ ਨੂੰ ਜ਼ਰੂਰਤ ਸੀ ਕਿਹਦੇ ਕੰਨਾਂ 'ਚ ਜੋ ਬੰਦਿਆਂ 'ਚ ਸੁੱਖ ਨੂੰ ਦੱਸਦਾ ਵਾ ਸੁੱਖ ਨੂੰ ਕੀ ਲੋੜ ਹੈ ਨਿੱਘੀ ਨਿੱਘੀ ਗੱਲ ਆਪਣੇ ਚਾਚੇ ਨੂੰ ਦੱਸੂ ਨਿੱਘੀ ਨਿੱਘੀ ਗੱਲ ਆਪਣੇ ਚਾਚੇ ਨੂੰ ਧੀ ਪੁੱਤ ਨੂੰ ਸਮਝਾਉਣਾ ਚਾਹੀਦਾ ਮੈਂ ਅਜੇ ਤੈਨੂੰ ਸਵੇਰੇ ਆਖਿਆ ਸੀ ਵੀ ਕੁੜੀ ਕਿਤੇ ਵੇਖੀ ਗੱਲ ਨਾ ਕਰਦੇ ਦੇਣ ਲੈਣ ਹੀ ਮੇਰਾ ਤਿਰਨਾ ਸੀ ਮੇਰੇ ਤੇ ਪੁੱਤ ਦੀਆਂ ਜੜ੍ਹਾਂ 'ਚ ਹੀ ਬਹਿ ਗਏ ਆ ਮੈਂ ਦੱਸ ਕੀ ਕਰਾਂ ਮੈਂ ਤਾਂ ਧਰਨਾ ਇੰਨੀ ਦੁਖੀ ਹਾਂ ਜੀ ਕਰਦਾ ਕੋਈ ਖਾ ਕੇ ਮਰ ਜਾ ਲੈ ਦਵਿੰਦਰ ਇੱਦਾਂ ਕਿਉਂ ਕਹਿਣ ਡਈ ਆ
ਸੁੱਖ ਨੂੰ ਪਤਾ ਜ਼ਰੂਰ ਸੀ ਵੀ ਗੌਰਵ ਨੇ ਪੈਸੇ ਲੈਣੇ, ਪਰ ਅਸੀਂ ਵੀ ਤੈਨੂੰ ਦੱਸਿਆ ਨਹੀਂ ਨਾ ਵੀ ਘਰ ਗੱਲ ਨਾ ਕਰੀ। ਉਹਨੂੰ ਕੀ ਪਤਾ ਸੀ, ਜਿੱਦਾਂ ਉਹਨੇ ਪੁੱਛਿਆ ਨਾ ਉਹਨੇ ਹਾਂ ਕਰਤੀ ਹੋਣੀ ਆ। ਚੱਲ ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਅੱਜ ਤੂੰ ਨਾਂ ਵੀ ਦੱਸ ਦੇ ਜੋਬਨ ਨੂੰ ਅਤੇ ਅਕਸਰ ਪਤਾ ਤਾਂ ਲੱਗਣਾ ਸੀ। 30,000 ਰੁਪਈਆ ਤੂੰ ਕਿੱਥੋਂ ਰਕਮ 'ਚ ਪਾ ਕੇ ਭਰ ਦੇਣਾ ਸੀ? ਬੰਦੇ ਦੇ ਪੈਸੇ ਹੁੰਦੇ ਆ, ਭਾਵੇਂ ਬੰਦੇ ਸਾਨੂੰ ਹਿਸਾਬ ਨਹੀਂ ਪੁੱਛਦੇ, ਪਰ ਉਹਨਾਂ ਨੂੰ ਇਕੱਲੇ ਇਕੱਲੇ ਪੈਸੇ ਦਾ ਪਤਾ ਹੁੰਦਾ ਵਾ। ਕੱਲ੍ਹ ਨੂੰ ਮੇਰਾ ਬੰਦਾ ਆਣ ਕੇ ਪੁੱਛੂਗਾ ਵੀ ਵਿਆਹ ਧਰਿਆ ਵਾ ਤਾਂ 30,000 ਕਿੱਦਾਂ ਘੱਟ ਗਿਆ, ਇੰਨੇ ਸੀ ਅਤੇ ਇੰਨੇ ਇੰਨੇ ਕਿੱਦਾਂ ਰਹਿ ਗਏ, ਅਤੇ ਮੈਂ ਵੀ ਤਾਂ ਦੱਸਣਾ ਹੀ। ਉਹ ਪਰ ਦੀਦੀ ਸਮਝਾਉਣਾ ਚਾਹੀਦਾ ਆਪਣੇ ਬੱਚੇ ਨੂੰ ਵੀ ਜਦੋਂ ਪੈਸੇ ਲਏ ਆ ਨਹੀਂ ਦੱਸਣਾ ਚਾਹੀਦਾ। ਸਮਝਾ ਤਾਂ ਮੈਂ ਨਾ ਰਮਿੰਦਰ, ਪਰ ਆਹ ਕੰਮ ਸਾਡੇ ਕੋਲ ਨਹੀਂ ਹੁੰਦੇ ਵੀ ਆਪਾਂ ਆਪਣੀਆਂ ਜਿਹੜੀਆਂ ਰਕਮਾਂ ਜਿਹੜੀਆਂ ਇੱਧਰ ਉੱਧਰ ਕਰ ਦਈਏ ਅਤੇ ਘਰ ਵਾਲੇ ਨੂੰ ਪਤਾ ਹੀ ਨਾ ਹੋਵੇ। ਨਾ ਮੈਂ ਕਦੀ ਸ਼ੁਰੂ ਤੋਂ ਇਹ ਕੰਮ ਕੀਤਾ ਵਾ ਅਤੇ ਨਾ ਕਰਨਾ, ਵੇ ਤੂੰ ਮੰਗੇ ਆ ਅਤੇ ਮੈਂ ਹਦਾਰੇ ਦੇ ਤੇ, ਪਰ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਂ ਆਪਣੇ ਬੰਦੇ ਨੂੰ ਨਾ ਦੱਸਾਂ ਜਾਂ ਤੇਰੇ ਨੂੰ ਨਾ ਦੱਸਾਂ, ਘਰ ਦੇ ਵਿੱਚ ਗੱਲ ਤਾਂ ਕਰਨੀ ਪੈਂਦੀ ਆ। ਅਤੇ ਦੂਜੀ ਗੱਲ, ਨਾ ਦੇ ਗੌਰਵ ਦਾ ਸਾਥ। ਇੱਕ ਗੱਲ ਆਖਾਂ, ਮਾਂ ਵਾ ਮਾਂ ਬਣ ਜਾ, ਦੁਸ਼ਮਣ ਨਾ ਬਣ। ਤੈਨੂੰ ਪਤਾ ਵਾ ਜਦੋਂ ਇੱਕ ਪੁੱਤ 'ਤੇ ਥੋੜ੍ਹਾ ਜਿਹਾ ਵੀ ਸ਼ੱਕ ਹੋਵੇ ਨਾ ਵੀ ਇੱਕ ਉਹ ਖਾਂਦਾ ਪੀਂਦਾ ਨਹੀਂ, ਅਤੇ ਉਹਦੀ ਜੇਬ 'ਤੇ 100 ਰੁਪਏ ਪਾਏ ਦਾ ਵੀ ਹਿਸਾਬ ਲੈਣਾ ਚਾਹੀਦਾ ਵਾ ਵੀ ਕੀ ਸੌਦਾ ਲਿਆਉਂਦਾ ਕੀ ਨਹੀਂ, ਅਤੇ ਤੂੰ 30,000 ਦੀ ਗੱਲ ਕਰਨ ਲਈ। ਜੇ ਤੇਰੀ ਜਗ੍ਹਾ 'ਤੇ ਹੁੰਦੀ ਨਾ ਤਾਂ ਮੈਂ ਕਦੀ ਵੀ ਨਾ ਦਿੰਦੀ, ਸੱਚ ਪੁੱਛੇ ਤਾਂ ਮੇਰਾ ਦੇਣ ਨੂੰ ਜੀਵ ਨਹੀਂ ਕਰਦਾ, ਪਰ ਜਦੋਂ ਇਸਤਮਾਨ ਨਾ ਮੰਗੇ ਨਾ ਤਾਂ ਮੈਂ ਤੈਨੂੰ ਮਨਾ ਨਹੀਂ ਕਰ ਪਾਈ। ਹੁਣ ਕੀ ਕਰਾਂ ਜਦੋਂ ਲਾ ਦੀ ਇੱਦਾਂ ਦੀ ਨਿਕਲ ਆਵੇ, ਹੁਣ ਬਾਹਰੋਂ ਇੱਥੇ 4 ਬੰਦੇ ਇੱਥੇ ਆ ਮੁੰਡੇ ਲੈ ਕੇ ਆ ਜਾਂਦੇ ਤੇ ਕੀ ਰਹਿੰਦੀ? ਤੂੰ ਫਿਕਰ ਨਾ ਕਰ, ਮੈਂ ਜੋਬਨ ਨੂੰ ਆਪੇ ਸਮਝਾ ਲੂੰਗੀ, ਬਸ ਟੈਨਸ਼ਨ ਲੈਣ ਦੀ ਲੋੜ ਨਹੀਂ ਆ। ਪਰ ਜਿਹੜੀ ਗੱਲ ਤੈਨੂੰ ਮੈਂ ਦੱਸੀ ਆ ਵੀ ਜਦੋਂ ਹੁਣ ਜੋਬਨ ਨੂੰ ਪਤਾ ਲੱਗ ਹੀ ਗਿਆ ਵਾ ਨਾ ਅਤੇ ਹੁਣ ਤੂੰ ਕੀ ਜਾਣਾ, ਹੁਣ ਜੋਬਨ ਜਾਊਗਾ ਦੇਣ ਅਤੇ ਪਤਾ ਲੱਗੂ ਕਿੰਨੇ ਦਿਨ ਕੀ ਕੀਤਾ ਇਹਨਾਂ ਨੇ ਕੀ ਨਹੀਂ। ਅਗਲਿਆਂ ਨੂੰ ਵੀ ਥੋੜ੍ਹਾ ਡਰ ਹੋਊ ਵੀ ਇਹਨੇ ਘਰ ਦੱਸਿਆ ਵਾ, ਇੱਦਾਂ ਤਾਂ ਉਹ ਲੁੱਟ ਲੁੱਟ ਕੇ ਖਾ ਲੈਣਗੇ। ਬਹਿ ਜਾ, ਮੈਂ ਪੁੱਛਦੀ ਹਾਂ ਸੁੱਖ ਨੂੰ ਵੀ ਅਤੇ ਨਾਲੇ ਗੱਲ ਕਰਨੀ ਜੋਬਨ ਨਾਲ। ਕੋਈ ਨਾ, ਇੱਕ ਵਾਰੀ ਆ ਸਹੀ ਤੂੰ ਮੇਰੀ ਦਾੜ ਥੱਲੇ, ਫਿਰ ਪਤਾ ਲੱਗੂਗਾ ਕਿ ਧੀਆਂ ਪੁੱਤਾਂ ਦਾ ਦੁੱਖ ਕੀ ਹੁੰਦਾ ਵਾ। ਸੌਖਾ, ਹਾਂਜੀ ਅੰਮੀ, ਮੇਰੀ ਗੱਲ ਸੁਣ, ਤੈਨੂੰ ਕੀ ਲੋੜ ਸੀ ਜੋਬਨ ਨੂੰ ਦੱਸਣ ਦੀ? ਅਗਲਾ ਦਵਿੰਦਰ ਦੇ ਦੁਆਲੇ ਚੜਿਆ, ਉਹਨਾਂ ਦੇ ਘਰ ਲੜਾਈ ਪਈ ਆ, ਕਿਉਂ ਦੱਸਣਾ ਸੀ ਵੀ ਗੌਰਵ ਨੇ ATM ਖੜਿਆ, ਉਹਨੂੰ ਪੈਸੇ ਚਾਹੀਦੇ ਆ, ਤੈਨੂੰ ਕੋਈ ਨਾਮ ਮਿਲਣਾ ਸੀ ਦੱਸ ਕੇ? ਤੇ ਮੰਮੀ ਤੁਸੀਂ ਕਿਹੜਾ ਦੱਸਿਆ ਸੀ ਕਿਸੇ ਨੇ ਵੀ ਚਾਚਾ ਜੀ ਨੂੰ ਨਹੀਂ ਦੱਸਣਾ ਅਤੇ ਚੋਰੀ ਦੇਣੇ ਆ? ਤੁਸੀਂ ਕਿਹਾ ਪੈਸੇ ਦੇਣੇ ਆ, ਅਤੇ ਮੈਨੂੰ ਚਾਚਾ ਜੀ ਨੇ ਪੁੱਛਿਆ ਵੀ ਗੌਰਵ ਕਿੱਥੇ ਆ, ਅਤੇ ਮੈਂ ਦੱਸਤਾ ਵੀ ਸ਼ਹਿਰ ਗਿਆ ਪੈਸੇ ਕਢਾਉਣ। ਅਗਲੀ ਹੁਣ ਇਹ ਥੋੜ੍ਹਾ ਕਹਿੰਦੀ ਆ ਵੀ ਉਹਨੇ ਪੁੱਛਿਆ, ਉਹ ਕਹਿੰਦੀ ਸੁੱਖ ਨੇ ਦੱਸਿਆ ਮੇਰੇ ਮੁੰਡੇ ਦੀ ਦੁਸ਼ਮਣ ਬਣੀ ਆ। ਕਿੰਨਾ ਗੰਦਾ ਲੱਗਦਾ ਵਾ ਸੁਣ ਕੇ, ਤੈਨੂੰ ਕੀ ਲੋੜ ਸੀ ਹੁਣ ਕਹਿ ਦਿੰਦੇ ਮੈਨੂੰ ਨਹੀਂ ਪਤਾ ਸ਼ਹਿਰ ਗਿਆ ਵਾ? ਮੰਮੀ ਤੁਸੀਂ ਤਾਂ ਇੱਦਾਂ ਕਹਿੰਦੇ ਜਿੱਦਾਂ ਮੈਂ ਕੋਈ ਗੁਨਾਹ ਕਰਤਾ ਹੋਵੇ, ਨਾਲੇ ਨਾ ਤਾਂ ਤੁਸੀਂ ਮੈਨੂੰ ਦੱਸਿਆ ਸੀ ਵੀ ਕਿਸੇ ਨੂੰ ਨਹੀਂ ਦੱਸਣਾ ਜਾਂ ਚਾਚਾ ਜੀ ਨੂੰ ਨਹੀਂ ਦੱਸਣਾ ਜਾਂ ਪਾਪਾ ਜੀ ਨੂੰ ਦੱਸਣਾ। ਇਹ ਗੱਲ ਜਾਂ ਪਹਿਲਾਂ ਮੈਨੂੰ ਦੱਸ ਦਿਆ ਕਰੋ ਅਤੇ ਜਾਂ ਮੇਰੇ 'ਤੇ ਚਾਚੀ ਨੇ ਕਿਹਾ ਇੱਦਾਂ ਦੇ ਇਲਜ਼ਾਮ ਨਾ ਲਾਇਆ ਕਰੇ। ਇੱਕ ਪੈਸੇ ਦਿਓ, ਉੱਤੋਂ ਚਾਚੀ ਨੇ ਹਰ ਵਾਰੀ ਕਸੂਰ ਮੇਰਾ ਹੀ ਕੱਢਣਾ ਹੁੰਦਾ ਵੀ ਇਹਨੇ ਕਿਉਂ ਦੱਸਿਆ। ਚਾਚੀ ਤਾਂ ਪਤਾ ਨਹੀਂ ਆਪਣੇ ਮੁੰਡੇ ਦੀ ਕਿਉਂ ਦੁਸ਼ਮਣ ਬਣੀ ਆ, ਐਡੀਆਂ ਐਡੀਆਂ ਗਲਤੀਆਂ ਛੁਪਾਉਂਦੀ ਆ। ਇੱਕ ਮਾਂ ਨੂੰ ਡਰ ਹੁੰਦਾ ਵਾ ਵੱਡਿਆਂ ਦਾ ਵੀ ਅਤੇ ਆਪਣੇ ਆਦਮੀ ਦਾ ਵੀ। ਤੂੰ ਧੀ ਧਿਆਣੀ ਆ ਅਤੇ ਧੀਆਂ ਧਿਆਣੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਵਾ। ਮੈਂ ਇਹ ਚਾਹੁੰਦੀ ਹਾਂ ਵੀ ਤੂੰ ਥੋੜ੍ਹੇ ਦਿਨਾਂ ਦੀ ਪਰਾਉਣੀ ਆ ਅਤੇ ਤੂੰ ਘਰ ਦੇ ਇਹੋ ਜਿਹੇ ਮਸਲਿਆਂ ਦੇ ਵਿੱਚ ਨਾ ਹੀ ਆ, ਕਿਸੇ ਦੀ ਵੀ ਮਾੜੀ ਚੰਗੀ ਗੱਲ ਨਾ ਕਰ। ਅਤੇ ਮੈਨੂੰ ਤੁਹਾਡੀ ਦੋਵਾਂ ਦੀ ਨਹੀਂ ਸਮਝ ਆਉਂਦੀ, ਇੱਕ ਤਾਂ ਤੁਸੀਂ ਗੱਲ ਗੱਲ 'ਤੇ ਮੈਨੂੰ ਵੀ ਝੂਠ ਮਾਰਨ ਦੀ ਆਦਤ ਪਾਤੀ ਵੀ ਇਤਨਾ ਨਹੀਂ ਦੱਸਣਾ, ਇਹਨੂੰ ਨਹੀਂ ਦੱਸਣਾ। ਦੂਜੀਆਂ ਤੁਸੀਂ ਨਾ ਗੌਰਵ ਦੀਆਂ ਜੜਾਂ 'ਚ ਦੋਵੇਂ ਜਣੇ ਬਹਿਣ ਡੇ ਜੇ ਵੀ ਉਹਨੂੰ ਪੂਰੇ ਤਰੀਕੇ ਨਾਲ ਵਿਗਾੜਨ 'ਚ ਨਾ ਤੁਹਾਡਾ ਦੋਵਾਂ ਦਾ ਹੱਥ ਵਾ। ਮੈਂ ਕਹਿੰਦੀ ਕੱਲ੍ਹ ਨੂੰ ਕੋਈ ਗੱਲ ਹੋਈ ਨਾ ਮੈਂ ਤਾਂ ਕਹਿਣਾ ਵਾ ਚਾਚਾ ਜੀ ਨੂੰ ਵੀ ਵੀ ਇਹਨਾਂ ਦੋਵਾਂ ਨੇ ਵਿਗਾੜਿਆ। ਕਹੀ ਜਾ ਫਿਰ, ਕਸਰ ਨਾ ਛੱਡੀ ਕੋਈ, ਸਮਝਦੀ ਨਹੀਂ ਗੱਲ ਨੂੰ? ਆਹੋ ਮੈਂ ਨਹੀਂ ਸਮਝਦੀ, ਸਮਝਦੇ ਤੁਸੀਂ ਆਪ ਨਹੀਂ ਆ ਕੋਈ ਵੀ।
ਜੋਬਨ ਮੈਂ ਤਾਂ ਮੱਝਾਂ ਵੱਲ ਹਾਂ, ਕਿੰਨੀ ਰੌਲੀ ਪਾਈ ਤੁਸੀਂ ਨਾ ਨਿੱਕੀ ਨਿੱਕੀ ਗੱਲ ਤੋਂ ਦਵਿੰਦਰ ਦੇ ਦੁਆਲੇ ਚੜਿਆ ਕਰ, ਪਹਿਲਾਂ ਹੀ ਬੜੀ ਟੈਨਸ਼ਨ ਲੈਂਦੀ ਗੌਰਵ ਦੀ। ਭਾਬੀ ਮੇਰਾ ਜੀ ਕਰਦਾ ਚੜਨ, ਵੇਖ ਅੱਜ ਤੇ 30,000 ਦੀ ਗੱਲ ਆ, ਆਪਣਾ ਘਰ ਸਾਂਝਾ ਹੈ, ਜੇ ਮੁੰਡੇ ਨੂੰ ਪੈਸੇ ਨੇ ਦਿੱਤੇ ਆ ਤੇ ਮੈਨੂੰ ਦੱਸਦੀ, ਹੁਣ ਇਹ ਪੜਦੇ ਪਾਉਣ ਡਈ ਆ ਹੈਂ, ਕੱਲ ਨੂੰ ਇਹ ਹੋਰ ਕੁਛ ਦਊਗੀ, ਇਹਨੂੰ ਚੋਰੀ ਕਰ ਕਰ ਪੈਸੇ ਦਊਗੀ, ਨਛੇੜੀ ਬਣਾਉਣ ਡਈ ਉਹਨੂੰ ਪੂਰਾ, ਇਹਨੇ ਸਾਡੇ ਘਰ ਦਾ ਜਲੂਸ ਕੱਢ ਦੇਣਾ। ਜੇ ਇਹ ਗੱਲਾਂ ਵੀਰ ਨੂੰ ਪਤਾ ਲੱਗੀਆਂ ਕੱਲ ਨੂੰ ਤੇ ਕੀ ਬਣਨਾ। ਗੱਲ ਤੁਹਾਡੀ ਸਹੀ ਆ, ਮੈਂ ਵੀ ਪਹਿਲਾਂ ਉਹਨੂੰ ਇਹੋ ਹੀ ਗੱਲ ਕਹੀ ਆ ਵੀ ਨਿਆਣਿਆਂ ਦੀਆਂ ਨੀਨਗੀਆਂ ਗੱਲਾਂ ਤੇ ਪੜਦੇ ਨਹੀਂ ਪਾਈਦੇ, ਪਰ ਉਹ ਟਾਈਮ ਤੇ ਚਲੋ ਹੁਣ ਨਿਕਲ ਗਿਆ, ਪਹਿਲਾਂ ਤੇ ਕੱਲਾ ਕੱਲਾ ਸੀ, ਸਾਡੇ ਸਾਰਿਆਂ ਦਾ ਲਾਡਲਾ ਜਿਹਾ ਸੀ, ਇੱਕੋ ਤਾਂ ਪੁੱਤ ਸਾਡੇ ਦੋਵਾਂ ਘਰਾਂ ਦਾ, ਜਿੱਕੋ 150 ਰੁਪਈਆ ਮੰਗਣਾ ਨਾ ਉਹਨੇ ਹੀ ਦੇ ਦੇਣਾ, ਕਦੀ ਹਿਸਾਬ ਕਿਤਾਬ ਨਹੀਂ ਪੁੱਛਿਆ। ਗੌਰਵ ਨੂੰ ਹੀ ਇੰਨੇ ਲਾਡ ਪਿਆਰ ਨਾਲ ਪਾਲਿਆ ਵਾ ਵੀ ਹੌਲੀ ਹੌਲੀ ਉਹਨੇ ਸਾਡੇ ਲਾਡ ਪਿਆਰ ਦਾ ਨਾ ਨਜਾਇਜ਼ ਫਾਇਦਾ ਚੁੱਕ ਲਿਆ, ਜ਼ਿਆਦਾ ਪੈਸੇ ਰੱਖਣ ਡਿਆ ਪਿਆ, ਕਿਸੇ ਪ੍ਰਾਹੁਣੇ ਨੇ 200-500 ਦੇ ਕੇ ਜਾਣਾ ਤੇ ਕਹਿਣਾ ਮੇਰੇ ਆ, ਅਸੀਂ ਵੀ ਸੋਚਣਾ ਚਲੋ ਕਾਲਜ ਜਾਂਦਾ ਤੇਲ ਵੀ ਪਾਉਂਦਾ ਮੋਟਰਸਾਈਕਲ 'ਚ, ਇੰਨੇ ਕੁ ਪੈਸੇ ਬੱਚੇ ਕੋਲ ਹੋਣੇ ਚਾਹੀਦੇ। 30,000 ਰੁਪਈਆ ਕਦੋਂ ਕਾਲਜ ਦੇ ਵਿੱਚ ਉਹਨੂੰ ਮਾੜੀ ਬਹਿਣੀ ਬਹਿ ਗਿਆ, ਸਾਨੂੰ ਪਤਾ ਹੀ ਨਹੀਂ ਲੱਗਾ, ਇੱਕ ਦੋ ਵਾਰੀ ਸੁੱਖ ਨੇ ਆਣ ਕੇ ਦੱਸਿਆ ਵੀ ਅਸੀਂ ਗੌਰ ਨਹੀਂ ਕੀਤੀ, ਪਰ ਗੱਲ ਇਹ ਆ ਵੀ ਹੁਣ ਉਹ ਕਿਸੇ ਚੱਕਰ ਦੇ ਵਿੱਚ ਫਸ ਗਿਆ ਵਾ। ਨਹੀਂ ਦਵਿੰਦਰ ਨੂੰ 30,000 ਦਾ ਨਸ਼ਾ ਤੇ ਉਹਨੇ ਖਾ ਨਹੀਂ ਲੈਣਾ ਲੈ ਕੇ, ਚਲੋ ਹੋ ਸਕਦਾ ਸਾਰਿਆਂ ਰਲ ਮਿਲ ਕੇ ਖਾਧਾ ਹੋਊਗਾ, ਕੋ ਪੈਸੇ ਪਾ ਤੇ ਇਹਦੀ ਪੇਟੇ, ਹੁਣ ਇਹਨੂੰ ਕਿਤੇ ਧਮਕੀਆਂ ਦਿੰਦੇ ਸੀ ਵੀ ਅਸੀਂ ਤੇਰੇ ਘਰ ਆ ਜਾਣਾ, ਉੱਤੋਂ ਵਿਆਹ ਧਰਿਆ ਵਾ, ਘਰ ਕੋਈ ਨਵਾਂ ਤਾਜ਼ਾ ਨਿਕਲ ਗਿਆ ਤੇ ਪਿੰਡ 'ਚ ਬਦਨਾਮੀ ਹੋਊਗੀ। ਦਵਿੰਦਰ ਅਸਲ ਦੇ ਵਿੱਚ ਨਾ ਡਰ ਗਈ ਸੀ ਵੀ ਮੈਂ ਜੋਬਨ ਨੂੰ ਨਾ ਹੀ ਦੱਸਾਂ, ਇਹ ਮਸਲੇ ਨੂੰ ਠੰਡਾ ਹੋ ਲੈਂਦੇ ਤੇ ਫਿਰ ਦੱਸ ਦੂੰਗੀ, ਇਹ ਨਹੀਂ ਕਹਿੰਦੀ ਵੀ ਮੈਂ ਦੱਸਣਾ ਨਹੀਂ, ਦੱਸਣਾ ਉਹਨੇ ਤੁਹਾਨੂੰ ਜ਼ਰੂਰ ਹੀ, ਪਰ ਉਹਨੂੰ ਇਹ ਸੀ ਵੀ ਪੈਸੇ ਦਿੱਤੇ ਜਾਣ, ਪਰ ਇੱਕ ਗੱਲ ਮੈਂ ਉਹਨੂੰ ਕਹੀ ਆ ਵੀ ਪੈਸੇ ਗੌਰਵ ਨੂੰ ਨਾ ਕੱਲੀ ਦੇਣ, ਕੀ ਪਤਾ ਉਹਨੇ ਕਿੰਨੇ ਦੇਣੇ ਗਾੜੀ ਕਿੰਨੇ ਨਹੀਂ, ਤੇ ਕੋਲ ਨਾ ਰੱਖ ਲੇ, ਕੋਲ ਰੱਖੇ ਪੈਸੇ ਉਹਦੇ ਵਾਸਤੇ ਜ਼ਹਿਰ ਵਾ, ਹੁਣ ਜੇ ਤੈਨੂੰ ਪਤਾ ਲੱਗ ਹੀ ਗਿਆ ਤੇ ਮੇਰਾ ਤਾਂ ਕਹਿਣਾ ਇਹ ਆ ਵੀ ਤੂੰ ਆਪ ਜਾਈ ਗੌਰਵ ਦੇ ਨਾਲ ਤੇ ਜਾ ਕੇ ਦੇ ਕੇ ਆਈ ਤੇ ਨਾਲੇ ਗਾਂ ਤੋਂ ਦੱਸ ਦੀ। ਇੱਕ ਮੇਰੀ ਗੱਲ ਸੁਣ, ਤੂੰ ਤੇ ਵੀਰ ਹਮੇਸ਼ਾ ਮੈਨੂੰ ਡਾਂਟਦੇ, ਉਹਨੂੰ ਦਵਿੰਦਰ ਨੂੰ ਕਦੀ ਸਮਝਾਇਆ ਗੱਲਾਂ ਕੀਤੀਆਂ? ਨਹੀਂ ਤਾਂ ਜਿੱਥੇ ਉਹਨੂੰ ਕੰਮ ਕਹਿਣ ਵਾਲੀ ਉਹਨੂੰ ਵੀ ਕਹੀ ਦੀ, ਮੇਰਾ ਫਿਰ ਬੋਲਣ ਦਾ ਬਰਜ ਨਹੀਂ ਬਣਦਾ ਤਾਂ ਬੋਲਿਆ ਮੈਂ ਜ਼ਿਆਦਾ ਉੱਥੇ। ਨਹੀਂ ਨਹੀਂ ਮੇਰਾ ਤੇ ਜੀ ਕਰਦਾ ਫਿਰ ਮਾਰਾਂ ਦੋ ਤੇ ਮੈਂ ਚੁੱਪ ਕਰਕੇ ਚੱਲ ਕੇ ਆ ਗਿਆ, ਮੈਂ ਠੀਕ ਆ। ਜਵਾਨ ਹੋਇਆ ਪੁੱਤ ਵੀ ਹੁਣ ਤੇ ਗੱਲ ਸਹਿਨਸ਼ੀਲਤਾ ਨਾਲ ਕਰੀਦੀ ਹੁੰਦੀ, ਕੁਛ ਚੀਜ਼ਾਂ ਦੀ ਐਡਜਸਟਮੈਂਟ ਸਾਨੂੰ ਬੱਚਿਆਂ ਦੇ ਨਾਲ ਕਰਨੀ ਪੈਂਦੀ ਆ ਤੇ ਕੁਛ ਚੀਜ਼ਾਂ ਦੀ ਬੱਚੇ ਸਾਡੇ ਨਾਲ ਕਰਨ, ਤੇ ਫੇਰ ਹੀ ਜ਼ਿੰਦਗੀ ਦਾ ਜਿਹੜਾ ਪਹਿਲੂ ਉਹ ਬੜਾ ਵਧੀਆ ਚੱਲਦਾ। ਇਹਨੂੰ ਨਹੀਂ ਪਤਾ ਘਰੇ ਪੈਸਿਆਂ ਦੀ ਲੋੜ ਆ ਹੈ, ਪੈਸੇ ਤੇ ਮੇਰੇ ਕੋਲ ਪਏ ਨਹੀਂ ਕਿੰਨੇ ਹੈ, ਘਰੇ ਕੁੜੀ ਦਾ ਵਿਆਹ ਰੱਖਿਆ ਤੇ ਪੈਸੇ ਦਿੰਦੀ ਫਿਰਦੀ ਉਹਨੂੰ ਘੜਾ ਘੜਾ ਕੇ। ਗਾ ਪੈਸੇ ਵੀ ਆਪਣੇ ਹੀ ਆ, ਗੱਲ ਤੇ ਪਰਦੇ ਦੀ ਸੀ ਕਿ ਤੇਰੇ ਕੋ ਵਿਚਾਰੀ ਨੇ ਪਰਦਾ ਰੱਖਿਆ, ਸੁੱਖ ਨੂੰ ਇਹ ਗੱਲ ਦਾ ਪਤਾ ਨਹੀਂ ਉਹਨੇ ਸਿੱਧਾ ਦੱਸ ਦਿੱਤਾ, ਮੈਂ ਤੇ ਸੁੱਖ ਨੂੰ ਵੀ ਡਾਂਟਦੀ ਆਈ ਆ ਵੀ ਪਹਿਲਾਂ ਪੁੱਛ ਲਿਆ ਕਰ ਘਰ ਦੇ ਵਿੱਚ ਚੰਗੀ ਤਰ੍ਹਾਂ, ਬਾਕੀ ਇਹ ਨਹੀਂ ਕੋਈ ਗੱਲ ਹੈ ਵੀ ਦਵਿੰਦਰ ਤੇਰੇ ਕੋ ਪਰਦੇ ਰੱਖਦੀ ਆ, ਪਰਦਾ ਨਹੀਂ ਉਹ ਰੱਖਦੀ। ਤੁਸੀਂ ਵੀ ਦੱਸ ਕੇ ਪੈਸੇ ਦੇਣੇ, ਦੱਸ ਕੇ ਤੂੰ ਆਪ ਨਾਲ ਜਾਈ, ਆਪ ਨਾਲ ਜਾਈ। ਕੋਈ ਨਹੀਂ ਮੈਂ ਜਾਊਂਗਾ। ਆਹੋ ਤੇ ਐਵੇਂ ਨਹੀਂ ਨਿੱਕੀਆਂ ਗੱਲਾਂ ਤੇ ਲੜਾਈ ਨਹੀਂ ਪਾਈਦੀ। ਕੋਈ ਹਾਲ